ਵੈਲਕਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇਵਾਲਾ। ਰੇਡੀਓ ਸਾਡੇਵਾਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਜੀ। ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡੇਵਾਲਾ ਐਂਡ ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਟੂ ਸ਼ੇਅਰ ਵਿਦ ਦੇਅਰ ਓਨ ਪੇਜ। ਇਫ ਯੂ ਵਾਂਟ ਟੂ ਸ਼ੇਅਰ ਅਵਰ ਵੀਡੀਓ ਦੈਨ ਯੂ ਸ਼ੁੱਡ ਬੀ ਯੂਜ਼ ਟੂ ਅਵਰ ਰੀਅਲ ਲਿੰਕ, ਦੈਨ ਯੂ ਕੈਨ ਸ਼ੇਅਰ ਅਵਰ ਵੀਡੀਓ। ਅਤੇ ਗੱਲ ਕਰ ਰਹੇ ਸੀ ਜੀ, ਅਸੀਂ ਪਹੁੰਚ ਗਏ ਹਾਂ ਇੱਕ ਵਾਰੀ ਫਿਰ ਤੁਹਾਡੇ ਦਿਲ ਦੀਆਂ ਧੜਕਣਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਦੇਖਦੇ ਹੋਏ, ਜਾਂ ਤੁਹਾਡੀਆਂ ਜਿਹੜੀਆਂ ਪਰਲਸ ਨੇ ਉਹਨਾਂ ਨੂੰ ਵੇਖਦੇ ਹੋਏ ਮੈਂ ਇੱਕ ਵਾਰੀ ਦੁਬਾਰਾ ਦਰਬਾਰ ਸਾਹਿਬ ਕਰਤਾਰਪੁਰ ਪਹੁੰਚ ਚੁੱਕਿਆ ਹਾਂ। ਔਰ ਇੱਥੇ ਜਿਹੜੇ ਫਾਈਨਲ ਟੱਚਿਸ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਪੂਰੇ ਹੋ ਰਹੇ ਨੇ। ਕਰਤਾਰਪੁਰ ਕਰਤਾ ਵਸੇ ਤੇਰਾ ਦਰਬਾਰ, ਅਤੇ ਮੈਂ ਕਹਾਂਗਾ ਕਿ ਉਹ ਜਿਹੜੀ ਤੁਸੀਂ ਸੁਬਾ ਸ਼ਾਮ ਅਰਦਾਸ ਹੈ ਉਹ ਪੂਰੀ ਹੋਈ ਖੁੱਲ੍ਹੇ ਦਰਸ਼ਨ ਦੀਦਾਰਾਂ ਵਾਸਤੇ। ਔਰ ਅੱਜ ਦੀ ਜਿਹੜੀ ਖਾਸ ਚੇਚੀ ਜਿਹੜੀ ਖਬਰ ਹੈ ਉਹ ਇਹ ਕਿ ਗੁਰਦੁਆਰਾ ਸਾਹਿਬ ਦਾ ਰਕਬਾ ਜਿਹੜਾ ਉਹ 3 ਟਾਈਮਸ ਜਿਹੜਾ ਅਬਵ ਕਰ ਦਿੱਤਾ ਗਿਆ, ਯਾਨੀ ਕਿ 1500 ਏਕੜ, ਯਾਨੀ ਕਿ ਪਹਿਲੇ 500 ਸੀ, ਫਿਰ 1100 ਹੋਇਆ, ਹੁਣ 400 ਹੋਰ ਵਿੱਚ ਐਡ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ, ਯਾਨੀ ਕਿ 50 ਏਕੜ ਜਿਹੜਾ ਖਾਲੀ ਇਹਦਾ ਕਵਰਡ ਏਰੀਆ ਇਹ ਵਾਲਾ ਹੈ। ਉਸ ਤੋਂ ਇਲਾਵਾ ਜਿੰਨਾ ਏਰੀਆ ਹੈ ਬਾਕੀ ਅਮੇਜ਼ਿੰਗ ਯਾਰ, 1450 ਏਕੜ ਜਿਹੜੀ ਜਗ੍ਹਾ ਹੈ ਉਹ ਗ੍ਰੀਨ ਲੈਂਡ ਜਿਹੜੀ ਰੱਖੀ ਗਈ ਹੈ, ਜਿਹੜੀ ਲੈਂਡਸਕੇਪ ਰੱਖੀ ਗਈ ਹੈ, ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਦੇ 3 ਉਪਦੇਸ਼ ਦਿੱਤੇ ਗਏ ਸਨ, ਨਾਮ ਜਪੋ, ਕਿਰਤ ਕਰੋ ਔਰ ਵੰਡ ਛਕੋ। ਵੰਡ ਛਕਣ ਵਾਸਤੇ ਬਹੁਤ ਵੱਡੀ ਜਿਹੜੀ ਹੈ ਖੇਤੀ ਉਹ ਇੱਥੇ ਕੀਤੀ ਗਈ ਹੈ। ਗੁਰਪਿਆਰੀ ਸੰਗਤ ਜੀ, ਤੁਹਾਨੂੰ ਲੱਖ ਲੱਖ ਵਧਾਈਆਂ ਗੁਰੂ ਪੁਰਬ ਦੀਆਂ। ਜਿਸ ਵੇਲੇ ਤੁਸੀਂ ਇਹ ਵੀਡੀਓ ਦੇਖ ਰਹੇ ਹੋਵੋਗੇ ਉਸ ਵੇਲੇ ਇੱਥੇ ਓਪਨਿੰਗ ਹੋ ਰਹੀ ਹੋਏਗੀ ਇਸ ਗੁਰਦੁਆਰਾ ਸਾਹਿਬ ਦੀ। ਔਰ ਮੇਰੇ ਪਿੱਛੇ ਜਿਹੜੀ ਬਿਲਕੁਲ ਖੂਬਸੂਰਤ ਬਿਲਡਿੰਗ ਜਿਹੜੀ ਹੈ ਉਹਨੂੰ ਦੁਬਾਰਾ ਤੋਂ ਵਾਈਟ ਪੇਂਟ ਕਰ ਦਿੱਤਾ ਗਿਆ ਹੈ, ਕਲਸ ਨੂੰ ਦੁਬਾਰਾ ਗੋਲਡ ਕਰ ਦਿੱਤਾ ਗਿਆ ਹੈ। ਠੀਕ 3 ਵੀਕਸ ਬਾਅਦ ਜਿਹੜਾ ਹੈ ਗੁਰੂ ਪੁਰਬ ਵੀ ਇੱਥੇ ਹੋ ਰਿਹਾ ਹੈ, ਔਰ ਜਗਤ ਸੰਗਤ ਜਿਹੜੀ ਹੈ ਇੱਥੇ ਹੁੰਮ ਹੁਮਾ ਕੇ ਪਹੁੰਚੇਗੀ। ਦਰਸ਼ਨੀ ਡਿਊੜੀਆਂ ਜਿਹੜੀਆਂ ਨੇ ਫਾਈਨਲ ਸਟੇਜ ਦਿੱਤੇ ਨੇ, ਮਾਰਬਲ ਦਾ ਕੰਮ ਸਾਰਾ ਪੂਰਾ ਹੋ ਚੁੱਕਿਆ ਹੈ, ਰਗੜਾਈ ਚੱਲ ਰਹੀ ਹੈ। ਮੈਂ ਕਹਿੰਦਾ ਵਾਂ ਕਿ ਅਮੇਜ਼ਿੰਗ ਹੈ। ਇਸ ਸਾਈਡ ਤੋਂ ਦਿਖਾਓ ਤੁਸੀਂ ਕਿ ਕਿੰਨੇ ਸੋਹਣੇ ਪਲਾਂਟੇਸ਼ਨ ਕੀਤੀ ਗਈ ਹੈ, ਕਿੰਨਾ ਸੋਹਣਾ ਸਾਰਾ ਕੰਮ ਕੀਤਾ ਗਿਆ, ਜਿਹਦੇ ਵਿੱਚ ਤੁਸੀਂ ਅਗਰ ਦੇਖੋ ਤੁਹਾਨੂੰ ਤਾਂ ਬਹੁਤ ਜ਼ਿਆਦਾ ਸਾਰਾ ਕੁਛ ਨਜ਼ਰ ਆਏਗਾ। ਜਿਸ ਤਰ੍ਹਾਂ ਕਿ ਪਲਾਂਟੇਸ਼ਨ ਬਾਰੇ ਗੱਲ ਕੀਤੀ ਜਾ ਰਹੀ ਸੀ ਕਿ ਵੀ ਪਲਾਂਟੇਸ਼ਨ ਬਹੁਤ ਘੱਟ ਹੋਏਗੀ ਇੱਥੇ, ਠੀਕ ਹੈ ਜੀ, ਗ੍ਰੀਨਰੀ ਬਹੁਤ ਘੱਟ ਹੋਏਗੀ। ਆਪਾਂ ਫਿਰ ਇੱਕ ਵਾਰੀ ਤੁਹਾਨੂੰ ਲੈਂਡਸਕੇਪ ਜਿਹੜੀ ਹੈ ਉਹ ਦਿਖਾਉਣ ਵਾਸਤੇ ਬਾਹਰ ਨੂੰ ਜਾਵਾਂਗੇ। ਦਰਸ਼ਨੀ ਡਿਊੜੀ ਦੇਖੋ ਤੁਸੀਂ, ਆਹ ਸਾਹਮਣੇ ਜਿਹੜਾ ਦੀਵਾਨ ਅਸਥਾਨ ਬਣ ਰਿਹਾ ਹੈ, ਦੀਵਾਨ ਹਾਲ ਬਣ ਰਿਹਾ ਹੈ, ਇਹਦਾ ਵੱਡਾ ਗੁੰਬਦ ਜਿਹੜਾ ਹੈ ਉਹ ਉੱਤੇ ਲਾਇਆ ਜਾਏਗਾ ਦਰਬਾਰ ਸਾਹਿਬ ਦੇ ਨਾਲ। ਉੱਚਾ ਨਿਸ਼ਾਨ ਸਾਹਿਬ, ਸ਼ਾਇਦ ਇਸ ਨਿਸ਼ਾਨ ਸਾਹਿਬ ਨੂੰ ਹੋਰ ਵੀ ਜ਼ਿਆਦਾ ਉੱਚਾ ਕੀਤਾ ਜਾਏਗਾ। ਔਰ ਤੁਸੀਂ ਦੇਖੋ ਕਿ ਮਾਰਬਲ ਜਿਹੜਾ ਉਹਦਾ ਕੰਮ ਮੁਕੰਮਲ ਹੋ ਚੁੱਕਿਆ, ਲੰਗਰ ਹਾਲ ਦਾ ਕੰਮ ਮੁਕੰਮਲ ਹੋ ਚੁੱਕਿਆ, ਯਾਤਰੀ ਨਿਵਾਸ ਦਾ ਕੰਮ ਜਿਹੜਾ ਮੁਕੰਮਲ ਹੋ ਚੁੱਕਿਆ। ਔਰ ਅੱਜ ਸੁਣ ਕੇ ਅਸੀਂ ਬੜੇ ਹੈਰਾਨ ਹੋਏ ਹਾਂ ਕਿ ਯਾਤਰੀ ਨਿਵਾਸ ਜਿਹੜੇ ਨੇ ਇੱਥੇ ਪਹਿਲਾ ਪੋਰਸ਼ਨ ਹਲੇ ਬਣਿਆ, ਇਸ ਤੋਂ ਬਾਅਦ 4 ਪੋਰਸ਼ਨ ਹੋਰ ਬਣਨਗੇ, 4 ਯੂਨਿਟਸ ਹੋਰ ਬਣਨੇ ਹੈ, ਜਿਹੜੇ ਕਿ ਯਾਨੀ ਕਿ 1000 ਦਾ ਅਰੇਂਜ ਹੋ ਗਿਆ ਔਰ 4000 ਦਾ ਹੋਰ ਹੋਣਾ। ਇੰਟਰਨੈਸ਼ਨਲ ਸਟੈਂਡਰਡ ਦੇ ਹੋਟਲ ਬਣਨਗੇ, ਇੰਟਰਨੈਸ਼ਨਲ ਸਟੈਂਡਰਡ ਦੀਆਂ ਨਾਲ ਦੀ ਨਾਲ ਹੀ ਜਿਹੜੀਆਂ ਨੇ ਮਾਰਕੀਟਸ ਬਣਨਗੀਆਂ, ਪਾਕਿਸਤਾਨੀ ਪ੍ਰੋਡਕਟਸ ਜਿਹੜੀਆਂ ਨੇ ਤੁਹਾਨੂੰ ਉਹ ਮਿਲਣਗੀਆਂ ਇੱਥੇ, ਠੀਕ ਹੈ ਜੀ। ਔਰ ਤੁਸੀਂ ਗਿਫਟਸ ਆਈਟਮ ਜਿਹੜੀਆਂ ਨੇ ਉਹ ਤੁਸੀਂ ਲੈ ਸਕਦੇ ਹੋ। ਔਰ ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਪੁਰਾਤਨ ਬਿਲਡਿੰਗ ਸੀ, ਜਿਹਦੇ ਮੁਤਲਕ ਵਾਰ-ਵਾਰ ਕਿਹਾ ਜਾਂਦਾ ਸੀ ਕਿ ਵੀ ਜਿਹੜੀ ਹੈ ਉਹ ਢਾਹ ਦਿੱਤੀ ਜਾਏਗੀ ਜਾਂ ਉਹਨੂੰ ਨਵਾਂ ਕਰਕੇ ਬਣਾਇਆ ਜਾਏਗਾ, ਮੇਰਾ ਨਹੀਂ ਖਿਆਲ ਹੈ। ਗੁਰੂ ਪਿਆਰੀ ਸੰਗਤ ਜੀ, ਤੁਸੀਂ ਦੇਖੋ ਤੁਹਾਡੇ ਸਾਹਮਣੇ ਹੈ ਸਾਰਾ ਕੁਛ। ਬਹੁਤ ਜ਼ਿਆਦਾ ਸਾਰੇ ਲੋਕਾਂ ਦੇ ਮੈਸੇਜਿਸ ਮਿਲੇ, ਬਹੁਤ ਜ਼ਿਆਦਾ ਸਾਰੇ ਲੋਕਾਂ ਨੇ ਇਸ ਚੀਜ਼ ਦੇ ਮੁਤਲਕ ਬੜਾ ਅਜੀਬੋ ਗਰੀਬ ਵੀ ਬੋਲਿਆ, ਸੁਣਦਾ ਵੀ ਰਿਹਾ, ਮੇਰਾ 15 ਦਿਨ ਵਾਸਤੇ ਅਕਾਊਂਟ ਵੀ ਬੰਦ ਰਿਹਾ। ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਰਿਐਲਿਟੀ ਇਜ਼ ਰਿਐਲਿਟੀ, ਔਰ ਇਹ ਚੀਜ਼ ਜਿਹੜੀ ਸੀ ਇੱਕ ਖੁਆਬ ਜਿਹੜਾ ਸੀ ਉਹ ਤਾਬੀਰ ਹੋਇਆ, ਔਰ ਉਹ ਕੰਮ ਕਰ ਦਿਖਾਇਆ ਪਾਕਿਸਤਾਨ ਸਰਕਾਰ ਨੇ, ਸ਼ਾਇਦ ਦੁਨੀਆ 'ਚ ਕੋਈ ਨਹੀਂ ਕਰ ਸਕਿਆ। ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਜਿਹੜਾ ਉਸਾਰ ਦਿੱਤਾ ਗਿਆ। ਔਰ ਚੱਲਦੇ ਹਾਂ ਅਸੀਂ, ਤੁਹਾਨੂੰ ਮੈਂ ਡੇਲੀ ਮੈਂ ਪਿਕਚਰ ਤੁਹਾਨੂੰ ਦਿਖਾ ਰਿਹਾ ਵਾਂ ਖੰਡਾ ਸਾਹਿਬ ਦੀ, ਕਿ ਦੁਨੀਆ ਦਾ ਸਭ ਤੋਂ ਵੱਡਾ ਖੰਡਾ ਜਿਹੜਾ ਉਹ ਜਿਹੜਾ ਉਹ ਪਾਕਿਸਤਾਨ 'ਚ ਡਿਜ਼ਾਈਨ ਕੀਤਾ ਗਿਆ ਦਰਬਾਰ ਸਾਹਿਬ ਕਰਤਾਰਪੁਰ ਦੇ ਅੰਦਰ। ਉਹ ਕਿਸ ਸਾਈਡ 'ਤੇ ਹੈ, ਯਾਨੀ ਕਿ ਕਰਤਾਰਪੁਰ ਸਾਹਿਬ ਤੋਂ ਅਗਰ ਤੁਸੀਂ ਡੇਰਾ ਬਾਬਾ ਗੁਰੂ ਨਾਨਕ ਸਾਹਿਬ ਵੱਲ ਦਰਸ਼ਨ ਕਰਦੇ ਹੋ ਜਾਂ ਰਾਵੀ ਵੱਖੇ ਦੇਖਦੇ ਹੋ ਤਾਂ ਤੁਹਾਨੂੰ ਉਸ ਪਾਸੇ ਜਿਹੜਾ ਵੱਡਾ ਗੁਰੂ ਖੰਡਾ ਨਜ਼ਰ ਆਉਂਦਾ ਹੈ। ਔਰ ਮੈਂ ਕਹਾਂਗਾ ਕਿ ਇੱਕ ਪੁਰਾਤਨ ਤਵਾਰੀਖ ਜਿਹੜੀ ਸੀ ਉਹਨੂੰ ਗੋਲਡਨ ਕਰ ਦਿੱਤਾ ਗਿਆ ਹੈ, ਉਹਨੂੰ ਬਿਲਕੁਲ ਸੋਨੇ ਦੇ ਭਾਅ ਕਰ ਦਿੱਤਾ ਗਿਆ ਹੈ। ਅਗਰ ਦੇਖਿਆ ਜਾਵੇ
तो पाकिस्तान की तारीख दे विच एक चार चन्न लगन वाले ने इस स्थान कि जदों 12 करोड़ नानक नाम लेवा जड़े ने उन्हां दियां आसां उम्मीदां और उन्हां दियां जड़ियां दुआवां ने अरदासां ने वो पूरियां होण लई जा रहियां ने। साइन ऑफ द पाकिस्तान मीनारे पाकिस्तान जड़ा है ये एक क्रीपर है, उस क्रीपर नूं जड़ा है इहदे ते चढ़ा के तो पूरा मीनारे पाकिस्तान बनाया गया। दुनिया का सब तो वड्डा गुरु खंडा जड़ा है पाकिस्तान दे विच लाया गया। कुछ लोग मैनू बड़ा मजाक कर रहे सन 2-4 दिनों तो कि भई ये दुनिया का सब तो वड्डा नहीं हो सकता, ये बिल्कुल जी दुनिया का सब तो वड्डा गुरु खंडा है जी। अगे डेट्स पाम्स जड़े ने वो लग रहे ने, आ तुसी देख सकते हो। हले 2 दिन ही पहले वायरल हुई मेरी जी फोटो है वो यही गुरु खंडा साहब की है। तुसी देख सकते हो कि कितनी वड्डी जड़ी है वो जगह है जड़ी कि जिदे ते मार्क किया गया गुरु खंडा। शायद इस तो वड्डा गुरु खंडा मैं होर किते नहीं देखिया। गल कर रहे सी लैंडस्केप दे मुतलक कि लैंडस्केप जड़ा है वो बड़े प्यारे तरीके नाल तरतीब दिता जा रहा है। जिस जगह तो ए ट्रक गुजर रहा है या गुरु खंडे तो थोड़ा ना अगर देखो तो इस जगह के उत्ते मैं तुहानू 1 साल पहले 10 महीने पहले जिहड़ी मैं रिकॉर्डिंग की सी उहदे विच मैं तुहानू दिखाया सी नाला बई की एक छोटी जी कोठरी दे विच बैठ के मैं तुहानू दस्सिया सी कि इत्थे दरबार साहब करतारपुर दे विच प्रोजेक्ट दे विच की होण वाला है, दुनिया बदलण वाली है। देखो 10 महीनों दे विच कहिंदे ना कि काया पलट जांदी है, आ वेख लो तुसी काया पलटन वाला हिसाब है कि अरबां खरबां रुपये ला के गवर्नमेंट ऑफ पाकिस्तान ने आ प्रोजेक्ट जिहड़ा वा उहनूं उसार दिता, उहनूं बना दिता और लखां दिलां दीआं धड़कणां 12 करोड़ नानक नाम लेवा जिहड़े ने उहनां दीआं आसां मुरादां जिहड़ियां ने बाहर लियाईआं। और 11 तरीक नूं नवंबर दी नूं उपघाटन होएगा दरबार साहिब करतारपुर दा। ये फेज़ 1 मुकम्मल हो रहा जी, फेज़ 2 फिर होएगा, फिर फेज़ 3 होएगा। ऑलमोस्ट 3 ईयर्स दे विच ये 1500 एकड़ दे उत्ते फैलिया होया दुनिया का सब तो वड्डा गुरद्वारा जिहड़ा है उहदी सेवा मुकम्मल होएगी। कुछ लोग कहिंदे ने कि भी ये जगह शायद इन्नी है या इन्नी है या इन्नी है, तो ये एड्डी छोटी जी जगह नहीं हैगी कि 1 साल च मुकम्मल हो जाए, 1.5 साल च मुकम्मल हो जाए। लेकिन वी एडमायर द सर्विसिज ऑफ द इंजीनियरिंग कॉप्स, जिहड़े इंजीनियरिंग वर्क कर रहे ने उन्हां दा कमाल है कि उन्होंने 10 महीनों के दुनिया बदल के रख दी है। वो साढ़े ETBP बोर्ड है, वो साडा FW है, वो साढ़े बाकी PSPGC है, पाकिस्तान सिख गुरुद्वारा प्रबंधक कमेटी है। ये तमाम लोग अगर ये सारे मिल के ना चलते तो यह सारा कुछ नहीं सी हो सकता। और मैं कहांगा कि ये थोड़िया अरदासा भी ने कि तुसी जिहड़ियां अरदासां करदे सी सुबह शाम, और जिस तरह कि मैं अमेरिका जाके आया, आस्ट्रेलिया जाके आया, कैनेडा जाके आया, मलेशिया जाके आया, और उन्हां 164 लैक्चरां दे विच जदों मैं लोकां दीआं आवाज़ां सुनियां या शाम नूं जदों रे राई दी अरदास हुंदी सी उस वेले जिहड़े अखियां दे विच अथरू हुंदे सी लोकां दे, उस वेले मैं देखदा सी चलो आपां वी किसे दिन डेरा बाबा गुरु नानक दा खलो के ते जिहड़ा नज़ारा करांगे। फिलहाल तो क्योंकि असी पाकिस्तान साइड के उत्ते हाँ, रावी तो आ रहा, रावी तो पार होकर भी असी कोशिश करांगे कि असी तुहानू जिथे IT एंट्री जिहड़ी है यानी कि वीज़ा सैक्शन जिहड़ा है मुकम्मल होएगा, कोशिश करांगे कि असी उस जगह पर भी तुहानू लैके जाइए। रोड्स की पिक्चर तुहाडे नाल शेयर की, दुनिया का पहला स्मार्ट सरोवर जिहड़ा है उहदी पिक्चर्स तुहाडे नाल शेयर की, लार्जेस्ट गुरु खंडे की तुहाडे नाल शेयर की। तो करन दा सिर्फ मकसद है सी अवेयरनेस देना। कुछ लोग चाह रहे सन कि भी पता नहीं इस प्रोजेक्ट की हो रहा है, किंज चल रहा है, कुछ ओवरव्यू तो मिल रहा है लेकिन डिटेल्स जड़ियां ने वो नहीं मिलदियां। लेकिन मैं सारे भैन भरावां दा बहुत शुक्रगुजार हाँ जिहड़े कि इस चीज़ में सब तो ज़्यादा तरजीह देंदे ने कि बाबा जी जो तुहाडी रिपोर्ट हुंदी है वह 100% हुंदी है, क्योंकि मैं ऑन ग्राउंड जदों तक प्राइमरी सोर्सिज नहीं इकट्ठे करदा उस वेले तक मैं किसी भी जगह के उत्ते गल नहीं करना पसंद करता। सो उम्मीद करता हाँ कि आज का यह एपीसोड जिहड़ा तुहानू अचानक सडनली थ्रिलिंग वीडियो जिहड़ी है तुहाडे सामने आई होएगी वो तुहानू जरूर वधिया लगी होएगी। वीर जी इधर दिखाओ तुसीं। हाँ जी जी असीं गल कर रहे सी कि दर्शनी ड्योड़ियां दे मुतलक, यह तुसीं एक साइट तो असीं शुरू हुंदे हां
तो तुसी देखो कि किन्नियां वड्डियां दर्शन ड्योड़ियां ने और यू शेप दे चे इस साइड तो जितों इंडियन संगत ने देखना उस जगह तो व्यू पॉइंट नूं खुला रखा गया, उतों व्यू नूं बंद नहीं किया गया ताकि संगत जिहड़ी है वह अगर जिहड़े लोग दर्शन दीदारे नहीं भर सकते पाकिस्तान नहीं आ सकते वह लोग आके इस तरह जिस तरह यह व्यू नज़र आ रहा है यही तुहानूं व्यू जिहड़ा इंडियन साइड तो तुहानूं नज़र आएगा डेरा बाबा गुरु नानक साहिब तो तुहानूं जी टैलीस्कोप है वह दिखाउंदी है। आज दीवान स्थान की बिल्डिंग जिहड़ी है वह खड़ी की है और वो नाल ही तुसी देखो कि गुंबद जिहड़ा वह रखण वास्ते जा रहे हैं। आओ असी चलते हाँ नज़दीक तुहानूं दस्सने कि गुंबद की कनोपी जिहड़ी है ये चौके तो मीनार दे उत्ते रखण की कोशिश की जा रही है। तुसी देख सकते हो ब्रैची कटन के पौधे जड़े ने रेयर फ्लावरिंग प्लांट जड़ा वह यूज़ किया गया अगे मैगनोलिया ग्रैंडी फ्लोरा यूज़ किया गया और उस तो अलावा बहुत ज़्यादा सारे स्मैल न रिलेटिड प्लांट्स जड़े ने मैं पिछली बार भी जिक्र करके गया सी ते कुछ दोस्त कहते बाबा जी तुसी हिस्टोरियन हो कि लैंडस्केपर हो जी मैं पहले लैंडस्केपर सी हिस्टोरियन बाद बनया मैं तुसी देखो जी क्रेन जिहड़ा गुंबद लैके जा रही है ये गुंबद सर केड़ा वाला है ये पहला गुंबद है या दूसरा गुंबद है ये पहला गुंबद है जो साइड पे आएगा मीनार के ऊपर मीनार के ऊपर आ रहा है ये मीनार के ऊपर जाना है पीछे ऐसे बनाया ना जरा ये साइडों वाला मीनारों वाला गुंबद है ऐ जी तुसी देखो किड्डा बड़ा गुंबद है ये जा रहा है मीनार के ऊपर आ देखो जी ਕਿੰਨਾ ਵੱਡਾ ਗੁੰਬਦ ਜਿਹੜਾ ਹੈ ਇਹ ਚੱਕ ਕੇ ਰੱਖਣਗੇ ਉਹ ਉੱਤੇ ਫਾਈਨਲੀ ਵੱਡਾ ਗੁੰਬਦ ਜਿਹੜਾ ਹੈ ਉਹ ਤਿਆਰ ਹੋ ਰਿਹਾ ਇੱਕ ਪੋਰਸ਼ਨ ਤਿਆਰ ਪਿਆ ਹੋਇਆ ਇਹ ਦੀਵਾਨ ਅਸਥਾਨ ਦਾ ਹੈ ਜੀ ਉਹ ਦੇਖ ਲਓ ਤੁਸੀਂ ਬੰਦਾ ਉੱਤੇ ਖਲੋਤਾ ਗੁੰਬਦ ਦੇ ਬਿਲਕੁਲ ਛੋਟਾ ਜਿਹਾ ਲੱਗ ਰਿਹਾ ਇੱਥੋਂ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਕਿੰਨਾ ਵੱਡਾ ਗੁੰਬਦ ਹੈ मैं हाँ तुहाड़ा अपना होस्ट शाहिद शबीर बाबा जी और तुसी देख रहे हो दरबार साहिब करतारपुर कोरीडोर का फाइनल टचिस जड़े ने वो जारी ने इस वेले ठीक है जी इस उत्ते गुंबद दे ओड़ा लैफ्ट साइड दे उत्ते तुहानूं वड्डा नज़र आ रहा गुंबद इहदे उत्ते आके कनोपी आउणी है जी ये दीवान हॉल है जी दीवान हॉल मुकम्मल होने वास्ते जा रहा है तो थोड़ी देर बाद दोबारा हाज़री भरते हाँ और यह पुरातन खूह साहब है जी ये पुरातन खूह है जी गुरद्वारा साहिब दा बस हुण सिर्फ रगड़ाई हो रही है और सफाई हो रही है जिहड़ा मेन काम है इत्थे दा बहुत वधिया लग रहा जी एक बारी फिर दोबारा खुले दर्शन दीदार करके हर किसी दे नसीब दे विच नहीं हैगा लेकिन फिर भी आपां पूरी कोशिश कर रहे हैं कि संगतां नूं नाल दी नाल दीदार दर्शन करा के निहाल करिए मैं हाँ तुहाडा अपना होस्ट शाहिद शबीर बाबा जी और तुसी देख रहे हो रेडियो साडे वाला ऑल राइट्स आर रिजर्व बाय रेडियो साडे वाला ठीक है जी मैं हाँ तुहाडा अपना होस्ट शाहिद शबीर बाबा जी और तुसी देख रहे हो रेडियो साडे वाला 87.8 FM रेडियो ऑकलैंड न्यूजीलैंड तो तुसी लाइव देख रहे हो असी तुहानूं दर्शन करा रहे सी कि दरबार साहिब दे अंदर की कुछ चल रहा है और फिर तुहानूं हाज़र हुंदे आ असी दर्शनी ड्योड़ी दिखाने असी तुहानूं रोड दिखाने ताकि जिथे तक हो सके ये मैसेज पहुँच सके बट प्लीज़ शेयर विद रियल लिंक और ऑल राइट्स आर रिजर्व बाय रेडियो साडे वाला।